आदत पड़ गई है। थोड़ी सी चाहिए ले लो, ले लो हाँ बिल्कुल, आप जितनी भाव खा लो जला लेंगे, आपकी मर्जी है। ਇਹ ਦੇਖੋ ਸਾਡੇ ਨੰਨਾ ਜੀ, ਅੱਜ ਜਿੱਥੇ ਝੁੱਗੀਆਂ 'ਚ ਅੱਗ ਲੱਗੀ ਸੀ ਉਹ ਝੁੱਗੀਆਂ ਵੀ ਤੁਹਾਨੂੰ ਦਿਖਾਉਂਦੇ, ਇੰਨੀ ਸੋਹਣੀ ਬਣ ਚੁੱਕੀ ਹੈ। ਇਹ ਬੱਚੇ ਸਾਰੇ ਖੜੇ ਆ ਦੇਖੋ, ਅਤੇ ਨੰਨਾ ਜੀ ਆਏ ਆ ਉਰੇ ਰੋਟੀ ਖਾਣ ਵਾਸਤੇ, ਉਹ ਪ੍ਰਦੀਪ ਚੌਧਰੀ ਜੀ ਐਂ ਜਨਮ ਦਿਨ ਹੈ ਇਹਨਾਂ ਦਾ, ਇਹ ਆਏ ਹੈ ਅਤੇ ਨੰਨਾ ਜੀ ਰੋਟੀ ਖਾ ਰਹੇ ਆ। ਨੰਨਾ ਜੀ ਅੱਜ ਕਿਆ ਚੱਕਰ ਹੈ, ਆਪਣਾ ਪੰਜਾ ਲੱਗ ਰਿਹਾ ਕੁਛ? ਮੈਂ ਤਾਂ ਇੱਥੇ ਆਪਣੇ ਪਰਿਵਾਰਾਂ ਨੂੰ ਮਿਲਣ ਆਏ ਸੀ, ਆਪਣੀ ਵੋਟ ਮੰਗਣ ਆਏ ਸੀਗਾ, ਅਤੇ ਮੇਰਾ ਬੜਾ ਦਿਲ ਕਰਦਾ ਹੁੰਦਾ, ਮੈਂ ਜਦੋਂ ਕਿਤੇ ਜਾਂਦਾ ਆਪਣੇ ਪਰਿਵਾਰਾਂ ਦੇ ਵਿੱਚ ਬੈਠ ਕੇ ਖਾਣ ਦਾ ਬੜਾ ਦਿਲ ਹੁੰਦਾ। ਪਰ ਇੱਕ ਤਾਂ ਦੇਖੋ ਇਹ ਚੁੱਲ੍ਹੇ ਦੀ ਰੋਟੀ ਉਹ ਦੇਖੋ ਕਿੰਨੀ ਸੋਫਟ ਹੈ ਅਤੇ ਕਿੰਨੀ ਵਧੀਆ, ਔਰ ਮੈਂ ਕਹਿੰਦਾ ਐਨ ਕਰਾਲੀ ਕਰਾਲੀ ਸਬਜ਼ੀ ਵੀ ਮੈਨੂੰ ਇਹੋ ਜਿਹੀ ਜਗ੍ਹਾ 'ਤੇ ਖਾਣ ਦਾ ਇਹੋ ਜਿਹਾ ਖਾਣਾ ਖਾਣ ਦਾ ਬਹੁਤ ਨਜ਼ਾਰਾ ਆਉਂਦਾ, ਤਾਂ ਮੈਂ ਪਰਿਵਾਰਾਂ ਨੂੰ ਕਿਹਾ ਕਿ ਇੱਕ ਫੁਲਕਾ। ਅਤੇ ਵਾਹ ਜੀ ਵਾਹ, ਇਹ ਦੇਖੋ ਇਹ ਉਹੀ ਝੁੱਗੀਆਂ ਹੈਗੀਆਂ ਜਿੱਥੇ ਅੱਜ ਤੋਂ ਥੋੜ੍ਹੇ ਦਿਨ ਪਹਿਲਾਂ ਅੱਗ ਲੱਗੀ ਸੀ ਅਤੇ ਕਾਫੀ ਨੁਕਸਾਨ ਹੋ ਗਿਆ ਸੀ ਇਹਨਾਂ ਦਾ। ਕਿਆ ਕਹਿਣਾ ਚਾਹੋਗੇ ਆ ਜੀ, ਇਹ ਖੜੇ ਆ ਇਲੈਕਸ਼ਨ ਮੇਂ, ਆਜ ਆਪਕੇ ਸਾਥ ਖਾਣਾ ਖਾ ਰਹੇ ਹੈ ਬੈਠ ਕੇ ਦੇਖੋ, ਹੈ ਨਾ? ਔਰ ਝੁੱਗੀਆਂ ਬਣ ਗਈ ਆਪਕੀ? ਬੜਿਆ ਬਣ ਗਈ ਝੁੱਗੀਆਂ। ਅੱਛਾ, ਪਹਿਲੇ ਸੇ ਬੜਿਆ ਹੋ ਗਈ। ਚਲੋ ਬਹੁਤ ਬੜੀਆ ਹੈ ਨਾ। ਚਲੋ ਇਹ ਦੇਖੋ ਨੰਨਾ ਜੀ ਬੈਠੇ ਹੈ ਅਤੇ ਇਹ ਪ੍ਰਦੀਪ ਜੀ ਦਾ ਅੱਜ ਬਰਥਡੇ ਹੈ, ਜਨਮ ਦਿਨ ਹੈ, ਅਤੇ ਗਨਮੈਨ ਖੜੇ ਹੈ ਨੰਨਾ ਜੀ ਦੇ, ਅਤੇ ਕੇਕ ਕਟਾਉਣ ਆਏ ਹਾਂ ਬੱਚਿਆਂ ਨੂੰ, ਅਤੇ ਅਸੀਂ ਖੜੇ ਹਾਂ, ਉਹ ਨੰਨਾ ਜੀ ਬੈਠੇ ਹਾਂ। ਦੇਖੋ ਆਜੋ ਜੀ ਸਾਰੇ, ਇਹ ਦੇਖੋ ਆਜੋ, ਫੂਕ ਮਾਰੋ ਪਹਿਲੇ, ਆਜੋ ਸਾਰੇ, ਇਹ ਦੇਖੋ ਹੈਪੀ ਬਰਥਡੇ, ਇਹ ਦੇਖੋ ਬੱਚੇ ਖੁਸ਼ ਹੋ ਰਹੇ ਹਾਂ, ਦੇਖੋ ਹੈਪੀ ਬਰਥਡੇ, ਹੈਪੀ ਬਰਥਡੇ ਬੋਲੋ, ਹੈਪੀ ਬਰਥਡੇ, ਚਲੋ ਠੀਕ ਹੈ। ਇਹ ਦੇਖੋ ਜਿੱਥੇ ਕੁਛ ਦਿਨ ਪਹਿਲਾਂ ਉਰੇ ਅੱਗ ਲੱਗ ਗਈ ਸੀ ਤੇ ਇਹ ਬੈਠੇ ਹਨ ਤੇ ਰੋਟੀ ਖਾਧੀ ਹੈ ਇਹਨਾਂ ਨੇ ਹੁਣ, ਤੇ ਧੰਨਵਾਦ ਕਰ ਦੋ। ਰੋਟੀ ਕਿਵੇਂ ਲੱਗੀ? ਮੈਂ ਸੰਦੀਪ ਜੀ ਇਹਨਾਂ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗਾ, ਮੈਂ ਖੁਦ ਇਹਨਾਂ ਤੋਂ ਮੰਗ ਕੇ ਖਾਈ ਹੈ ਕਿਉਂਕਿ ਮੇਰਾ ਦਿਲ ਕਰ ਗਿਆ ਸੀ ਜਿੱਦਾਂ ਬਣਦੀ ਸੀ ਗਰਮ ਗਰਮ ਚੁੱਲ੍ਹੇ ਦੀ ਰੋਟੀ ਸੀ, ਔਰ ਐਨ ਬਹੁਤ ਕਰਾਰੀ ਕਰਾਰੀ ਸਬਜ਼ੀ ਸੀ, ਦਾਲ ਸੀ, ਕਰੇਲੇ ਸੀ ਔਰ ਮਿਰਚੀ ਦੀ ਚਟਨੀ ਸੀ, ਨਜ਼ਾਰਾ ਆ ਗਿਆ, ਬਹੁਤ ਮਜ਼ਾ ਆ ਗਿਆ। ਤੁਸੀਂ ਦੇਖ ਸਕਦੇ ਹੋ ਕਿ ਹੋਰ ਉਮੀਦਵਾਰ ਜਿਹੜੇ ਹੁੰਦੇ ਆ ਉਹ ਇੱਕ ਦਿਖਾਵਾ ਕਰਦੇ ਆ ਇਹਨਾਂ ਨਾਲ ਰੋਟੀ ਖਾਣ ਦਾ, ਅਤੇ 5 ਸਾਲ ਉਹ ਨਜ਼ਰ ਨਹੀਂ ਆਉਂਦੇ, ਲੇਕਿਨ ਨੰਨਾ ਜੀ ਦੇਖੋ ਉਰੇ ਪ੍ਰਦੀਪ ਜੀ ਆਪਣਾ ਜਨਮਦਿਨ ਮਨਾਉਣ ਆਏ ਸੀ ਇਹਨਾਂ ਦਾ, ਕਿਉਂਕਿ ਅਸੀਂ ਅਪੀਲ ਕੀਤੀ ਸੀਗੀ ਆਪਣੇ ਚੈਨਲਾਂ 'ਤੇ ਕਿ ਇਹਨਾਂ ਦੀ ਝੁੱਗੀਆਂ ਬਣਵਾਓ, ਅਤੇ ਅੱਜ ਜਨਮਦਿਨ ਜਿਹੜਾ ਹੈ ਬੱਚਿਆਂ ਨਾਲ ਮਨਾਇਆ ਪ੍ਰਦੀਪ ਨੇ, ਅਤੇ ਇਹਨਾਂ ਨੂੰ ਪੁੱਛਦੇ ਬੱਚਿਆਂ ਨੂੰ ਕੈਸੇ ਲਗਾ ਕੇਕ, ਕੇਕ ਕੈਸੇ ਲਗਾ, ਕੈਸੇ ਲਗਾ ਕੇਕ, ਬਹੁਤ ਬੜੀਆ ਲਗਾ, ਚਲੋ ਠੀਕ ਹੈ ਜੀ, ਇਜਾਜ਼ਤ, ਅਤੇ ਧੰਨਵਾਦ ਜੀ, ਪ੍ਰਦੀਪ ਜੀ ਦਾ ਵੀ ਧੰਨਵਾਦ ਅਤੇ ਨੰਨਾ ਜੀ ਦਾ ਵੀ ਧੰਨਵਾਦ, ਅਤੇ ਨੰਨਾ ਜੀ ਬਾਰੇ ਤੁਸੀਂ ਜ਼ਰੂਰ ਸੋਚਣਾ, ਅਤੇ ਇਹਨਾਂ ਨੇ ਪ੍ਰੋਮਿਸ ਕੀਤਾ ਨੰਨਾ ਜੀ ਨੂੰ ਕਿ ਅਸੀਂ ਵੋਟ ਜਿਹੜੀ ਹੈ ਗੈਸ ਸਿਲੰਡਰ ਨੂੰ 19 ਨੰਬਰ 'ਤੇ ਪਾਵਾਂਗੇ। ਧੰਨਵਾਦ।